ਮਾਨਸਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਪਹੁੰਚ ਰਹੇ ਨੇ, ਜਸਵਿੰਦਰ ਜੀ ਸਾਡੇ ਮੌਜੂਦ ਨੇ, ਕੀ ਮਾਹੌਲ ਲੱਗ ਰਿਹਾ ਇਸ ਵਕਤ ਦੇਖ ਰਹੇ ਹੋ ਮਾਨਸਾ ਦਾ? ਆ ਤੁਸੀਂ ਦੇਖੋ ਇਹ ਜੋਸ਼, ਇਹ ਲਹਿਰ ਅੱਜ ਫੈਸਲਾ ਕਰਤਾ ਕਿ ਖੁੱਡੀਆਂ ਸਾਹਿਬ ਦੀ ਬਹੁਤ ਵੱਡੀ ਲੀਡ ਦੇ ਜਿੱਤ ਹੋ ਰਹੀ ਆ। ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਹਮੇਸ਼ਾ ਅੱਗੇ ਲੈ ਕੇ ਜਾਣ ਵਾਲਾ ਸਰਦਾਰ ਭਗਵੰਤ ਸਿੰਘ ਮਾਨ, ਇੱਕ ਮਾਸਟਰ ਦਾ ਪੁੱਤ ਜਿਹਨੇ ਵੱਡੇ ਵੱਡੇ ਰਜਵਾੜਿਆਂ ਨੂੰ ਸਿੱਧੇ ਰਸਤੇ ਪਾਇਆ ਗਾ, ਅਤੇ ਇਹ ਲੋਕ ਉਹਦਾ ਪਿਆਰ, ਉਹਨੂੰ ਸੁਣਨ, ਉਹਦੀ ਤਾਕਤ ਬਣਨ ਆਏ ਨੇ। ਤੁਸੀਂ ਕੈਮਰਾ ਘੁਮਾ ਕੇ ਵੇਖੋ ਅੱਜ ਕੀ ਲੱਗਦਾ ਹੈ, ਜੇਕਰ ਬਣ ਜਾਂਦੇ ਨੇ, ਜਿੱਤ ਜਾਂਦੇ ਨੇ, ਸਭ ਤੋਂ ਪਹਿਲਾਂ ਕੰਮ ਕਿਹੜਾ ਹੈ ਜਿਹੜਾ ਕਿ ਹੱਲ ਕਰਵਾਉਣਾ? ਦੇਖੋ ਬਾਈ ਜੀ, ਕੰਮ ਜੇ ਮੈਂ ਕੈਮਰੇ 'ਤੇ ਕਹਾਂ ਨਾ ਤਾਂ ਬੜੇ ਕੰਮ ਹੁੰਦੇ ਨੇ, ਠੀਕ ਹੈ। ਇਹ ਕੋਈ ਕਲੀਅਰ ਨਹੀਂ ਵੀ ਆਹ ਕੰਮ ਕਰਾਉਣਾ ਆਹ ਕਰਾਉਣਾ, ਐਜੂਕੇਸ਼ਨ, ਮੈਡੀਕਲ, ਸਪੋਰਟਸ ਬੜੇ ਮੁੱਦੇ ਨੇ ਲੋਕਾਂ ਦੇ, ਠੀਕ ਹੈ। ਇਹ ਵੱਡੇ ਲੈਵਲ ਦੇ ਮੁੱਦੇ ਨੇ, ਛੋਟੇ ਮੁੱਦੇ ਵੀ ਹੈਗੇ ਨੇ ਮਾਨਸਾ ਦੇ ਦੋ ਚਾਰ, ਜਿਹੜੇ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਅੱਜ ਨਹੀਂ ਕਹਿ ਸਕਦਾ, ਪਰ ਉਹ ਦਿਲ 'ਚ ਨੇ। ਸੋਚਿਆ ਤਾਂ ਹੋਣਾ ਕੁਛ? ਹਾਂਜੀ, ਕੁਛ ਸੋਚਿਆ ਤਾਂ ਹੋਣਾ ਕਿ ਆ ਯਾਰ ਇੱਕ ਬਿਲਕੁਲ ਉਹ ਦਿਲ 'ਚ ਨੇ, ਉਹ ਕਰਕੇ ਵਿਖਾਵਾਂਗੇ। ਨਹੀਂ, 70 ਸਾਲਾਂ ਤੋਂ ਮੁੱਦੇ ਕੈਮਰੇ 'ਤੇ ਦੱਸੇ ਜਾਂਦੇ ਨੇ, ਸੁਣੇ ਜਾਂਦੇ ਨੇ, ਪਰ ਰਿਜ਼ਲਟ 0 ਆ। ਅਸੀਂ ਰਿਜ਼ਲਟ ਦੇਵਾਂਗੇ। ਅੱਜ ਤਾਂ ਫਿਰ ਦਿਲ ਦੀ ਗੱਲ ਬਾਹਰ ਕੱਢ ਦਿਓ ਨਾ। ਨਹੀਂ, ਅੱਜ ਨਹੀਂ ਕੱਢਣੀ, ਜਿਹਦੇ ਸਮਾਂ ਆਇਆ ਪਰਮਾਤਮਾ ਨੇ ਕਢਾਉਣੀ ਉਹ ਤੁਹਾਨੂੰ ਕੱਢਾਂਗੇ, ਹਜੇ ਸਮਾਂ ਹੈ ਨਹੀਂ, ਕੱਢਾਂਗੇ। ਪਰਮਾਤਮਾ ਜਿੱਤ ਬਖਸ਼ੇ, ਠੀਕ ਹੈ। ਖੁੱਡੀਆਂ ਸਾਹਿਬ ਨੂੰ ਲੋਕ ਸਭਾ ਸਭ ਤੋਂ ਵੱਡੀ ਸਾਡੇ ਦੇਸ਼ ਦੀ ਸੰਸਦ ਆ, ਜਿਹੜੀ ਉੱਥੇ ਪੰਚਾਇਤ ਆ, ਉੱਥੇ ਭੇਜਣ, ਅਤੇ ਫਿਰ ਵੇਖਿਓ ਕੰਮਾਂ ਦੇ ਢੇਰ ਲਾ ਦਾਂਗੇ। ਸਭ ਤੋਂ ਵੱਡਾ ਫਰਕ ਕੀ ਮਹਿਸੂਸ ਕਰਦੇ ਹੋ ਪਹਿਲੇ ਨਾਲੋਂ ਤੇ ਹੁਣ ਨਾਲੋਂ? ਸ਼ਾਇਦ ਇਹ ਲੱਗਦਾ ਵੀ ਇੱਜ਼ਤ ਕੰਨੀ ਕੋਈ ਕਮੀ ਨਹੀਂ, ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਉੱਥੇ ਮਿਹਨਤ ਕਰਕੇ ਵੀ ਲੋਟੂ ਟੋਲੇ ਦੇ ਪੈਰੀ ਹੱਥ ਲਾਉਣੇ ਪੈਂਦੇ ਸੀ, ਝੁਕਣਾ ਪੈਂਦਾ ਸੀ, ਜੇ ਆਪਦੀ ਗੱਲ ਰੱਖਦੇ ਸੀ ਉਹਦਾ ਮੁੱਲ ਅਦਾ ਕਰਨਾ ਪੈਂਦਾ ਸੀ। ਪਰ ਇੱਥੇ ਇਹ ਲੱਗਦਾ ਵੀ ਖੁੱਲ੍ਹ ਕੇ ਗੱਲ ਕਹਿ ਸਕਦੇ ਹਾਂ, ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਨੂੰ ਬਾਈ ਕਹਿ ਸਕਦੇ ਹਾਂ, ਇੱਥੇ ਬਾਈ ਕਹਿ ਸਕਦੇ ਹਾਂ, ਮੁੱਖ ਮੰਤਰੀ ਨੂੰ ਕੋਈ ਬਾਈ ਨਹੀਂ ਕਹਿੰਦਾ, ਉੱਥੇ ਸਰ ਬੌਸ ਪੈਰੀ ਹੱਥ ਲਈ ਜਾਓ, ਇੱਥੇ ਜੱਫੀ ਪਾ ਲੈਣਾ, ਇਹਦੇ 'ਚ ਹੀ ਖੁਸ਼ੀ ਆ। ਫਿਰ ਲੱਗਦਾ ਨਹੀਂ ਕਿ ਉਹ ਗੱਲ ਕਿਤੇ ਨਾ ਕਿਤੇ ਹੋਈ ਹੋਵੇ, ਬਹੁਤ ਦੇਰ ਕਰਤੀ ਸਨਮ ਘਰਾਂ 'ਤੇ ਆਤੇ? ਨਹੀਂ, ਉਹ ਕੁਦਰਤ ਨੂੰ ਪਤਾ, ਅਕਾਲ ਪੁਰਖ ਨੂੰ ਪਤਾ, ਸਮਾਂ ਤੈਅ ਹੈਗਾ, ਠੀਕ ਹੈ, ਬੜਾ ਕੁਛ ਹੁੰਦਾ ਗਾ, ਅਤੇ ਹੁਣ ਸਮਾਂ ਸੀਗਾ, ਉਹਨੂੰ ਮਨਜ਼ੂਰ ਆ, ਅਤੇ ਹੁਣ ਹੀ ਲੋਕਾਂ ਦੀ ਸੇਵਾ ਮੈਂ ਪਹਿਲਾਂ ਵੀ ਕਰਦਾ ਸੀ, ਹੁਣ ਵੀ ਕਰੂੰਗਾ, ਤਾਕਤ ਤੋਂ ਬਿਨਾਂ ਵੀ ਕਰੂੰਗਾ। ਠੀਕ ਹੈ ਜੀ, ਤਾਂ ਬਿਲਕੁਲ ਇਸ ਵਾਰ ਸਾਡੇ ਨਾਲ ਜਸਵਿੰਦਰ ਜੀ ਮੌਜੂਦ ਸੀਗੇ, ਅਤੇ ਸਾਡੇ ਨਾਲ ਗੱਲਬਾਤ ਜਿਹੜੀ ਕੀਤੀ ਹੈ, ਅਤੇ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਜਿਹੜੀ ਹੈ ਪਹਿਲੇ ਵੀ ਕਰਦੇ ਸੀ, ਅਤੇ ਹੁਣ ਵੀ ਸੇਵਾ ਜਿਹੜੀ ਹੈ ਉਹਨਾਂ ਵੱਲੋਂ ਲੋਕਾਂ ਦੀ ਜਿਹੜੀ ਹੈਗੀ ਨਿਰੰਤਰ ਜਾਰੀ ਰਹੇਗੀ। ਮਾਨਸਾ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।